ਹਾਂਜੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਕੀ ਹਾਲ ਹੈ ਜੀ ਆ ਸਾਨੂੰ ਦਿਖਾਉਣੇ ਇੱਕ ਮੂਰਾ ਝੋਟੇ ਤੇ ਬਾਈ ਦੀ ਬਹੁਤ ਵਧੀਆ ਕੇਅਰ ਹੈ ਤੇ ਚਾਰ ਦੰਦ ਹੋ ਚਲੇ ਇਹ ਤਿੰਨ ਸਾਲ ਦੀ ਕਰੀਬ ਉਮਰ ਹੈ ਇਹਦੀ ਤੇ ਹੁਣ ਇਹਦੇ ਸੂਨ ਚ ਮਹੀਨਾ ਪਿਆ ਇਹਦਾ ਲਗਭਗ 30 35 ਦਿਨ ਲੱਜੂਗੀ ਇਹ ਤੇ ਬਾਕੀ ਸਾਨੂੰ ਖੋਲ ਕੇ ਵੀ ਦਿਖਾਉਣੇ ਆ ਖੋਲਿਆਂ ਚ ਤੇ ਝੋਟੀ ਬਹੁਤ ਸਕੀਨ ਆ ਕਈ ਬਹੁਤ ਪਰਾਮਾ ਦੇ ਫੋਨ ਆ ਜਾਂਦੇ ਅਗਲਾ ਕਹਿੰਦਾ ਬਾਈ ਜੀ ਸਾਨੂੰ ਵੀ ਮੂਰਾ ਕੋਈ ਕਟੀਆਂ ਚ ਦੱਸੋ ਵੀ ਜਿਹੜੀਆਂ ਝੋਟੀਆਂ ਸੂਣ ਵਾਲੀਆਂ ਹੁੰਦੀਆਂ ਇਹ ਝੋਟੀ ਦੇ ਬੱਚਾ ਜੇ ਮਹੀਨਾ ਪਿਆ ਬਾਈ ਤੇ ਝੋਟੀ ਦਾ ਆਰਡਰ ਦਾ ਸੈਜ ਵੀ ਬਹੁਤ ਸੋਹਣਾ ਬਣਾਈ ਜਾਂਦੀ ਹੈ ਹਨਾ ਬੇ ਤੇ ਉਮੀਦ ਹੈਗੀ ਆ ਵੀ ਪਹਿਲਾਂ ਸੂਈ ਵੀ 10-12 ਲੀਟਰ ਦੁੱਧ ਦੇਊ ਤਕਰੀਬਨ ਬਾ ਮੋੜ ਲਿਆ ਸਿੰਗਾ-ਸਿੰਗਾ ਦੀ ਵੀ ਬਹੁਤ ਸਕੀਨਾ ਤੇ ਕੱਦ-ਕੁੱਦ ਵੀ ਬਹੁਤ ਹੈ। ਚੋਟੀ ਦਾ। ਆਜੋ ਆਜੋ ਲੈਓ। ਬਾਕੀਲੇ ਦੀ ਲੈ ਚੱਲ ਇਧਰ ਹੌਲੀ ਹੌਲੀ। ਦੇਖੋ ਇਹ ਸਿੰਗੀ-ਸਿੰਗੀ ਦੇਖੋ। ਪੂਰੀ ਜਣੀ ਕਿ ਪੂਰੀ ਵਧੀਆ ਬਰੀਡਿੰਗ ਤੇ ਕੰਮ ਕਰਨ ਵਾਲਾ ਬੰਦਾ ਜਿਵੇਂ ਹੁੰਦਾ ਬੰਦਾ ਅਗਲਾ ਵਿੱਚ ਕਹਿੰਦਾ ਵੀ ਬਾਈ ਜੀ ਸਾਨੂੰ ਦੱਸੋ ਵੀ ਜਿਹੜਾ ਇੰਨਾ ਕ ਦੁੱਧ ਦੇ ਦਨ ਤੇ ਝੋਟੀਆਂ 10-12 ਕਿਲੋ ਪਹਿਲਾਂ ਲਾਉਣੀਆਂ ਤੇ ਵੀ ਇਹਦੀ ਉਮੀਦ ਹੈ ਵੀ ਦੁੱਧ ਇੰਨਾ ਇਹ ਕੱਢੂਗੀ ਕੱਢੂਗੀ ਆ ਤੇ ਤੁਸੀਂ ਇਹਦਾ ਆਰਡਰ ਦਾ ਸਾਈਜ਼ ਵੀ ਦੇਖ ਸਕਦੇ ਆਂ। ਦੇਖੋ ਜੀ ਹਜੇ ਮਹੀਨਾ ਪਿਆ ਇਹਦੇ ਵਿੱਚ ਤੇ ਉਸ ਹਾਵ ਨਾਲ ਤੇ ਮਹੀਨੇ ਦੇ ਵਿੱਚ ਤਾਂ ਹੋਰ ਵੀ ਸੁਖ ਨਾਲ ਇਹਨੇ ਬਣਾਉਣਾ ਸਾਰੇ ਬਲਬੁੱਲ ਜਿਹੜਾ ਪਤੀ ਹੁੰਦਾ ਵੀ ਫਸੂ ਆਪਣੇ ਬਲਬੁੱਲ ਕੱਢਦਾ ਤੇ ਸਾਰੇ ਤੇ ਬਾਕੀ ਇਹ ਥਣ ਵੀ ਕੱਲਾ ਕੱਲਾ ਥਣ ਪਿਆ ਛੋਟਾ ਥਣਾ ਜਿਹਨੂੰ ਆਪਾਂ ਵਧੀਆ ਮੁਠੀ ਵਾਲਾ ਥਣ ਨਹੀਂ ਕਹਿੰਦੇ ਉਹ ਥਣ ਬਲਣਾ ਇਹਦਾ ਵੀ ਬੜਾ ਵੱਡਾ ਥਣ ਨਹੀਂ ਬਣਦਾ ਵਿੱਚ ਹੁੰਦਾ ਨਾ ਵੀ ਵੱਡਾ ਲੰਮਾ ਥਣ ਹੁੰਦਾ ਲੰਮਾ ਥਣ ਨਹੀਂ ਛੋਟਾ ਥਣਾ ਜਿਹੜਾ ਮੁਠੀ ਵਾਲਾ ਆਪਾਂ ਥਣ ਕਹਿੰਦੇ ਨੇ ਵਿਚਾਰੇ ਪੱਖਾਂ ਦੇ ਉੱਤੇ ਤੁਸੀਂ ਇਹਦੀ ਹੈਡ ਦੇਖ ਲਓ ਤੇ ਜਦੇ ਮੂੰਹ ਤੋਂ ਬਾਕੀ ਸੀਲ ਪੰਨ ਦੇਖ ਲਓ ਹਨਾ ਬਿਚਾਰੇ ਪਾਸੇ ਝੋਟੀ ਦੇ ਵਿੱਚ ਕੋਈ ਜਿਵੇਂ ਰੱਖਣ ਵਾਲੇ ਭਰਾ ਹੁੰਦੇ ਵੀ ਘਰੇ ਆਪਾਂ ਰੱਖਣੀ ਆ ਯਾਰ ਉਹ ਭਰਾਵਾਂ ਵਾਸਤੇ ਆ ਇਹ ਜਿਹੜੇ ਵੀਰ ਫੋਨ ਕਰਦੇ ਰਹਿੰਦੇ ਵੀ ਭਾਈ ਜੀ ਸਾਨੂੰ ਦੱਸਿਓ ਜੇ ਕੋਈ ਝੋਟੀ ਹੋਈ ਤੇ ਸਾਨੂੰ ਨੰਬਰ ਬੋਲ ਦੰਨੇ ਆ ਤੇ ਤੁਸੀਂ ਇਹ ਨੰਬਰ ਦੇ ਉੱਤੇ ਤੁਸੀਂ ਗੱਲ ਕਰ ਸਕਦੇ ਆ ਵੀ ਜਿਹੜੇ ਭਰਾ ਨੇ ਵੀ ਖਰੀਦਣ ਦਾ ਚਾਹਵਾਨ ਹੈ ਹਨ ਤੇ ਕਲੇ ਨੰਬਰ ਦੱਸਿਓ 84277 84273 26857 26857 ਠੀਕ ਹੈ ਤੇ ਇਹ ਤੁਸੀਂ ਵੀ ਬਾਈ ਨਾਲ ਅਮਰੀਕਾ ਇਹਦਾ ਨਾ ਤੇ ਤੁਸੀਂ ਗੱਲ ਕਰ ਸਕਦੇ ਆ ਤੇ ਫੋਨ ਲਾ ਕੇ ਕਦੋਂ ਮਰਜੀ ਤੇ ਫੋਨ ਬਾਈ ਦੇ ਕੋਲੇ ਹੀ ਆ ਤੇ ਬਾਕੀ ਡਿਟੇਲ ਤੁਸੀਂ ਸਾਰੀ ਬਾਈ ਤੋਂ ਪੁੱਛ ਸਕਦੇ ਆ ਨਾ ਸਾਨੂੰ ਸਾਰੀ ਦੱਸ ਦੂਗਾ ਠੀਕ ਆ ਇਹਦੇ ਭਰਾ ਆ ਬਾਈ ਜੀ ਹਰਿਆਣੇ ਦਾ ਐਚ ਐਲ ਡੀ ਦਾ ਹਰਿਆਣਾ ਸਰਕਾਰੀ ਠੀਕ ਆ ਉਹ ਭਰਾ ਆ ਤੇ ਵਧੀਆ ਸ਼ੌਂਕ ਮਤਲਬ ਵਧੀਆ ਰੱਖਦਾ ਯਾਰ ਪਾਲਦਾ ਇੱਕ ਦੋ ਪਸ਼ੂ ਆ ਭਰਾ ਵਧੀਆ ਸ਼ੌਂਕ ਆ ਉਹਦਾ ਪਾਲਦੇ ਤਿਆਰ ਕਰਕੇ ਇੱਕ ਦਾ ਕੱਢ ਲੈਂਦੇ ਆ ਹੋਰ ਜਾਨਵਰ ਕੋਈ ਪਿੱਸੇ ਤਿਆਰ ਹੋ ਜਾਂਦਾ ਤਿਆਰ ਕਰਕੇ ਫਿਰ ਦੇ ਦਿੰਦੇ ਆ ਬਾਈ ਤੇ ਕੋਈ ਪ੍ਰੋਫੈਸ਼ਨਲ ਕੋਈ ਆਇਆ ਨਹੀਂ ਵਪਾਰੀ ਪੂਰੀ ਵਾਲਾ ਕੰਮ ਨਹੀਂ ਵੀ ਕਈ ਵਾਰੀ ਹੁੰਦਾ ਨਾ ਅਗਲਾ ਕਹਿੰਦਾ ਪਨੀ ਵਪਾਰੀਆਂ ਕੋਲੇ ਖੜੀ ਆ ਵਪਾਰੀਆਂ ਕੋਲੇ ਨਹੀਂ ਇਹ ਆਮ ਘਰੇਲੂ ਝੋਟੀ ਹੈ ਜੀ ਠੀਕ ਆ ਜੀ ਬਈ ਹਸੀਕਾਲ ਨੰਬਰ ਤੁਹਾਨੂੰ ਦੇਤਾ ਤੇ ਗੱਲ ਤੁਸੀਂ ਕਰ ਲਿਓ ਭਰਾ ਨਾਲ